ਦੇ ਉੱਤੇ, ਜਨਮ ਜਯੰਤੀ ਦੇ ਉੱਤੇ ਇੱਕ ਮੋਦੀ ਜੀ ਨੇ ਕਾਰਜਕ੍ਰਮ ਰੱਖਿਆ, ਜਿਹਦੇ 'ਚ ਅਸੀਂ ਰਣਜੀਤ ਐਮਜੂ ਮੰਡਲ, ਜਿੱਥੇ ਪ੍ਰਧਾਨ ਮੋਨੂ ਮਹਾਜਨ ਜੀ ਨੇ, ਸੰਜੀਵ ਕੁਮਾਰ ਜੀ ਬੀ ਸੀ ਮੋਰਚੇ ਦੇ, ਔਰ ਡਾਕਟਰ ਸਾਹਿਬ ਡਾਕਟਰ ਰਾਮ ਚਾਵਲਾ ਜੀ ਦੇ ਪ੍ਰਭਾਰੀ ਨੌਰਥ ਦੇ, ਔਰ ਸਾਰੇ ਮੰਡਲ ਦੇ ਲੋਕ ਇੱਥੇ ਇਕੱਠੇ ਹੋਏ ਉਹਨਾਂ ਦੇ, ਔਰ ਮੋਦੀ ਜੀ ਦਾ ਸੰਬੋਧਨ ਹੋਇਆ ਅੱਜ। ਮੋਦੀ ਜੀ ਨੇ ਅੱਜ ਸ਼ੁਭ ਦਿਨ ਦੇ ਉੱਤੇ ਕਿਸਾਨਾਂ ਵਾਸਤੇ 18,000 ਕਰੋੜ ਦੀ ਰਾਸ਼ੀ ਨੂੰ ਰਿਲੀਜ਼ ਕੀਤਾ, ਔਰ ਕਿਸਾਨਾਂ ਦੇ ਵੱਖਰੇ ਵੱਖਰੇ ਹਿੰਦੁਸਤਾਨ ਦੇ ਵੱਖਰੇ ਵੱਖਰੇ ਕਿਸਾਨਾਂ ਦੇ ਨਾਲ ਰੂਬਰੂ ਹੋਏ, ਜਿਹਦੇ 'ਚ ਉਹਨਾਂ ਨੇ ਕਲੀਅਰ ਸੰਦੇਸ਼ ਮਿਲਿਆ ਕਿ ਜੋ ਇਹ ਕ੍ਰਿਸ਼ੀ ਕਾਨੂੰਨ ਆਏ ਕ੍ਰਿਸ਼ੀ ਲੋਕਾਂ ਕਿਸਾਨਾਂ ਦੇ ਸੁਧਾਰ ਵਾਸਤੇ, ਕਿਸਾਨਾਂ ਦੇ ਸਮ੍ਰਿੱਧੀ ਵਾਸਤੇ ਕਾਨੂੰਨ, ਉਹਦਾ ਅੱਗੇ ਹੀ ਕਈ ਜਗ੍ਹਾ 'ਤੇ ਪਾਲਣ ਹੋ ਰਿਹਾ, ਕਈਆਂ ਨੇ ਪਾਲਣ ਕੀਤਾ, ਕਈਆਂ ਨੂੰ ਉਹਦਾ ਫਾਇਦਾ ਵੀ ਹੋ ਰਿਹਾ। ਉਹਨਾਂ ਨੇ ਜਿਹੜੇ ਇਹਦੇ ਵਿਰੋਧ 'ਚ ਖੜ੍ਹੇ ਨੇ, ਉਹ ਇੱਕ ਆਪਣੀ ਰਾਜਨੀਤਿਕ ਰੋਟੀਆਂ ਸੇਕਣ ਦੇ ਵਿੱਚ ਵਿਰੋਧ 'ਚ ਖੜ੍ਹੇ ਨੇ, ਉਹਦਾ ਵੀ ਉਹਨਾਂ ਨੇ ਸਿੱਧਾ ਸਿੱਧਾ ਲੋਕਾਂ ਨੂੰ ਦਰਸਾਇਆ ਕਿ ਲੋਕ ਇਹ ਚਾਲ ਨੂੰ ਸਮਝਣ, ਔਰ ਜਿਹੜੇ ਲੋਕ ਕ੍ਰਿਸ਼ੀ ਕਾਨੂੰਨ ਦੇ ਵਿਰੋਧ ਵਿੱਚ ਨੇ ਉਹਨਾਂ ਨੂੰ ਚਾਨਣ ਕਰਾਇਆ ਕਿ ਕ੍ਰਿਸ਼ੀ ਕਾਨੂੰਨ ਉਹਨਾਂ ਦੇ ਫਾਇਦੇ ਵਿੱਚ ਨੇ। ਔਰ ਹਿੰਦੁਸਤਾਨ ਦੇ ਕਈ ਕਿਸਾਨਾਂ ਨੇ ਡਾਇਰੈਕਟ ਲਾਈਵ ਇੰਟਰਵਿਊ ਦੇ ਵਿੱਚ ਦੱਸਿਆ ਕਿ ਅਸੀਂ ਇਹ ਜਿਹੜੇ ਕਾਨੂੰਨ ਆ ਉਹਦਾ ਫਾਇਦਾ ਉਠਾ ਰਹੇ ਨੇ, ਔਰ ਇਹ ਮੋਦੀ ਜੀ ਨੇ ਵਾਰ ਵਾਰ ਕਿਹਾ ਕਿ ਬਈ ਅਸੀਂ ਕਿਸਾਨਾਂ ਵਾਸਤੇ ਉਹਨਾਂ ਦੇ ਸੁਧਾਰ ਵਾਸਤੇ ਪ੍ਰਤੀਬੱਧ ਹਾਂ, ਔਰ ਉਹਨਾਂ ਦੇ ਸੁਧਾਰ ਹੋਏ, ਆਰਥਿਕ ਸੁਧਾਰ ਹੋਏ, ਖੁਸ਼ਹਾਲੀ ਹੋਏ, ਉਹਦੇ ਵਾਸਤੇ ਹੋਰ ਵੀ ਕਈ ਕੁਛ ਕਰਨਾ ਪਿਆ ਤਾਂ ਅਸੀਂ ਕਰਾਂਗੇ। ਜਿਸ ਤਰ੍ਹਾਂ ਉਹਨਾਂ ਨੇ ਕਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ, ਡ੍ਰਿਪ ਇਰੀਗੇਸ਼ਨ, ਕਿਸਾਨ ਬੀਮਾ ਯੋਜਨਾ, ਕਿਸਾਨ ਦੀ ਕ੍ਰੈਡਿਟ ਕਾਰਡ, ਉਹਨਾਂ ਨੂੰ ਕਿਸ ਤਰ੍ਹਾਂ ਲਾਭ ਮਿਲੇ ਕਿਸਾਨਾਂ ਨੂੰ, ਉਹਨਾਂ ਵਾਸਤੇ ਉਹ ਹਮੇਸ਼ਾ ਕੁਛ ਨਾ ਕੁਛ ਕਰਨ ਨੂੰ ਤਿਆਰ ਹੈ, ਕਿਉਂਕਿ ਉਹ ਇੱਕ ਆਪ ਬੜੇ ਨਿਚਲੇ ਲੈਵਲ ਤੋਂ ਉੱਪਰ ਆਏ ਨਾ, ਉਹ ਸਾਰਾ ਕੁਛ ਜਾਣਦੇ ਨੇ ਕਿ ਗਰੀਬੀ ਦੀ ਕੀ ਵਿਵਸਥਾ ਹੁੰਦੀ ਹੈ, ਉਹ ਉਹਨਾਂ ਨੂੰ ਉਸ ਚੁੰਗਲ ਤੋਂ ਛੁਟਕਾਰਾ ਦਵਾ ਕੇ ਉਹਨਾਂ ਦੀ ਖੁਸ਼ਹਾਲੀ ਵਾਸਤੇ ਕੰਮ ਕਰਨਾ ਚਾਹ ਰਹੇ ਨੇ, ਔਰ ਉਹਦੇ ਵਿੱਚ ਲੋਕਾਂ ਦਾ ਸਹਿਯੋਗ ਦੀ ਉਹਨਾਂ ਨੇ। ਭਾਰਤੀ ਜਨਤਾ ਪਾਰਟੀ ਅਸੀਂ ਮੋਰਚਾ ਅੱਜ ਕ੍ਰਿਸਮਿਸ ਦੇ ਸ਼ੁਭ ਦਿਹਾੜੇ 'ਤੇ ਸਾਰੇ ਦੇਸ਼ ਵਾਸੀਆਂ ਨੂੰ ਮੈਂ ਲੱਖ ਲੱਖ ਵਧਾਈ ਦਿੰਦਾ ਵਾਂ, ਅਤੇ ਇਸ ਦੇ ਨਾਲ ਹੀ ਸ਼ਹੀਦ ਊਧਮ ਸਿੰਘ ਜੀ ਦੇ ਜਨਮ ਦਿਹਾੜੇ 'ਤੇ ਵੀ ਸਾਰੇ ਦੇਸ਼ ਵਾਸੀਆਂ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਵਾਂ, ਔਰ ਸਾਡੀ ਭਾਰਤੀ ਜਨਤਾ ਪਾਰਟੀ ਦੇ ਕਰੋੜੋ ਕਾਰਜਕਰਤਾ ਦੇ ਮਾਰਗਦਰਸ਼ਕ ਸਾਡੇ ਸਭ ਦੇ ਸਰਦੇ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪੇਈ ਦੇ 96 ਜਨਮ ਦਿਵਸ 'ਤੇ ਮੈਂ ਪੂਰੇ ਦੇਸ਼ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਵਾਂ, ਔਰ ਅੱਜ ਦਾ ਸਾਡੇ ਦੇਸ਼ ਦੇ ਮਹਾਨ ਨਾਇਕ ਯਸ਼ਸਵੀ ਤਪਸਵੀ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਬਹੁਤ ਆਭਾਰ ਪ੍ਰਗਟ ਕਰਦਾ ਵਾਂ, ਜਿਨ੍ਹਾਂ ਨੇ ਕਿਸਾਨ ਸਨਮਾਨ ਨਿਧੀ ਦੇ ਤਹਿਤ 18,000 ਕਰੋੜ ਰੁਪਏ ਤੋਂ ਵੀ ਵੱਧ ਰਾਸ਼ੀ 9 ਕਰੋੜ ਕਿਸਾਨਾਂ ਦੇ ਸਿੱਧੇ ਖਾਤੇ 'ਚ ਪਾਈ ਹੈ। ਮੈਂ ਇਸ ਲਈ ਭਾਰਤੀ ਜਨਤਾ ਪਾਰਟੀ ਦੇ ਸਾਡੇ ਜਿਹੜੇ ਪ੍ਰਧਾਨ ਮੰਤਰੀ ਸ਼੍ਰੀ ਦੇਸ਼ ਦੇ ਨਰਿੰਦਰ ਮੋਦੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਡਾਕਟਰ ਰਾਮ ਚਾਵਲਾ, ਵਾਈਸ ਪ੍ਰੈਜ਼ੀਡੈਂਟ BJP ਅੰਮ੍ਰਿਤਸਰ। ਅੱਜ ਦਾ ਜਿਹੜਾ ਕਾਰਜਕ੍ਰਮ ਹੈ, ਸਭ ਤੋਂ ਪਹਿਲੇ ਮੈਂ ਵਧਾਈ ਦੇਣਾ ਚਾਹਾਂਗਾ ਪੂਰੇ ਦੇਸ਼ ਵਾਸੀਆਂ ਨੂੰ, ਅੰਮ੍ਰਿਤਸਰ ਦੇ ਵਾਸੀਆਂ ਨੂੰ, ਅਟਲ ਬਿਹਾਰੀ ਵਾਜਪਾਈ ਸਾਡੇ ਜਿਹੜੇ ਪੂਰਵ ਪ੍ਰਧਾਨ ਮੰਤਰੀ ਭਾਰਤ ਰਤਨ ਸ਼੍ਰੀ ਅਟਲ ਬਿਹਾਰੀ ਵਾਜਪਾਈ ਦੇ ਜਨਮ ਦਿਨ 'ਤੇ ਕੇਂਦਰ ਸਰਕਾਰ ਦੁਆਰਾ ਸੁਸ਼ਾਸਨ ਦਿਵਸ ਗੁੱਡ ਗਵਰਨੈਂਸ ਡੇ ਦੇ ਤੌਰ 'ਤੇ ਮਨਾਇਆ ਜਾ ਰਿਹਾ। ਉਸ ਦੇ ਵਿੱਚ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭਾਈ ਮੋਦੀ ਅੱਜ ਦੇਸ਼ ਦੇ ਪ੍ਰਤੀ ਰੂਬਰੂ ਹੋਏ, ਔਰ ਇਸ ਕਾਰਜਕ੍ਰਮ ਦੇ ਵਿੱਚ ਉਹਨਾਂ ਨੇ ਕਿਸਾਨਾਂ ਨੂੰ ਕਿਸਾਨ ਸਨਮਾਨ ਨਿਧੀ ਦੇ 18,000 ਕਰੋੜ ਰੁਪਇਆ, ਜਿਹੜਾ 9 ਕਰੋੜ ਕਿਸਾਨਾਂ ਨੂੰ ਅੱਜ ਉਹਨਾਂ ਨੇ ਇੱਕੋ ਬਟਨ ਦਬਾ ਕੇ ਸਾਰਿਆਂ ਦੇ ਖਾਤਿਆਂ ਦੇ ਵਿੱਚ ਡਾਇਰੈਕਟ ਭੇਜਿਆ। ਅਸੀਂ ਪ੍ਰਧਾਨ ਮੰਤਰੀ ਦੇ ਬਹੁਤ ਆਭਾਰੀ ਹਾਂ ਕਿ ਉਹਨਾਂ ਨੇ ਕਿਸਾਨ ਭਰਾਵਾਂ ਨੂੰ ਅੱਜ ਅਟਲ ਬਿਹਾਰੀ ਵਾਜਪੇਈ ਜੀ ਦੇ ਜਨਮ ਦਿਨ 'ਤੇ ਇਹ ਤੋਹਫਾ ਦਿੱਤਾ, ਔਰ ਇਹ ਸਹਿਯੋਗ ਨਿਧੀ ਜਿਹੜੀ ਦਿੱਤੀ ਹੈ ਪਹਿਲੀ ਨਹੀਂ ਹੈ,
ਕਈਆਂ ਨੂੰ ਪੰਜ ਪੰਜ ਵਾਰੀ ਮਿਲ ਚੁੱਕੀ ਹੈ। ਅੱਜ ਉਹਨਾਂ ਨੇ ਸਾਰੇ ਵਿਸ਼ਵ ਦੇ ਵਿੱਚ ਔਰ ਸਾਰੇ ਭਾਰਤ ਦੇ ਵਿੱਚ ਜਿਹੜੀ ਭ੍ਰਾਂਤੀ ਫੈਲਾਈ ਜਾ ਰਹੀ ਹੈ ਵੀ ਕਿਸਾਨਾਂ ਦਾ ਕਿਸਾਨ ਜਿਹੜੇ ਵਿਰੋਧ ਕਰ ਰਹੇ ਨੇ ਇਸ ਕਾਨੂੰਨ ਦਾ, ਉਹਨਾਂ ਨੇ ਸੰਵਾਦ ਕੀਤਾ ਕਿਸਾਨਾਂ ਨਾਲ, ਜਿਨ੍ਹਾਂ 'ਚ ਕਿਸਾਨਾਂ ਨੇ ਆਪ ਦੱਸਿਆ ਕਿ ਉਹਨਾਂ ਨੇ ਕਿੰਨਾ ਫਾਇਦਾ ਲਿਆ। ਕਿਸੇ ਨੇ ਕਿਸਾਨ ਫਸਲ ਯੋਜਨਾ ਦਾ ਫਾਇਦਾ ਲਿਆ, ਕਿਸੇ ਨੇ ਕਿਸਾਨ ਕ੍ਰੈਡਿਟ ਕਾਰਡ ਦਾ ਫਾਇਦਾ ਲਿਆ, ਕੋਈ ਡ੍ਰਿਪ ਇਰੀਗੇਸ਼ਨ ਦੀ ਗੱਲ ਕਰ ਰਿਹਾ ਸੀ, ਕੋਈ ਕੰਟਰੈਕਟ ਫਾਰਮਿੰਗ ਦੀ ਗੱਲ ਕਰ ਰਿਹਾ ਸੀ। ਉਹਨਾਂ ਨੇ ਅੱਜ ਦੱਸਿਆ ਵੀ ਇਹ ਜਿਹੜਾ ਸਾਰਾ ਭਰਮ ਜਿਹੜਾ ਵਾ ਇਹ ਵਿਰੋਧੀ ਪਾਰਟੀਆਂ ਸਿਰਫ ਔਰ ਸਿਰਫ ਆਪਣੇ ਰਾਜਨੀਤਿਕ ਸਵਾਰਥਾਂ ਕਰਕੇ ਫੈਲਾ ਰਹੀ ਹੈ। ਜਿਹੜੇ ਕਿ ਕਾਨੂੰਨ ਜਿਹੜੇ ਨੇ ਉਹ ਕਿਸਾਨਾਂ ਦੇ ਹਿੱਤ 'ਚ ਲਿਆਏ ਗਏ ਨੇ ਔਰ ਸਰਕਾਰ ਫਿਰ ਵੀ ਕਿਸਾਨਾਂ ਦੇ ਨਾਲ ਗੱਲਬਾਤ ਕਰਨ ਨੂੰ ਤਿਆਰ ਹੈ, ਜਿਹੜੇ ਕਿਤੇ ਉਹਨਾਂ ਦੀ ਕੋਈ ਸੰਸ਼ੇ ਉਹ ਮਿਟਾਉਣ ਨੂੰ ਵੀ ਤਿਆਰ ਹੈ। ਮੈਂ ਅਟਲ ਬਿਹਾਰੀ ਵਾਜਪਾਈ ਜੀ ਦੇ ਜਨਮ ਦਿਨ 'ਤੇ ਔਰ ਕ੍ਰਿਸਮਸ ਦੇ ਅਵਸਰ 'ਤੇ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦੇਣਾ। ਧੰਨਵਾਦ। ਜੈ ਹਿੰਦ, ਜੈ ਭਾਰਤ।